ਜਦੋਂ ਵੀ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਹੈ ਤਾਂ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਮੁਸੀਬਤਾਂ ਵਿੱਚ ਉਦੋਂ ਹੋਰ ਵਾਧਾ ਹੁੰਦਾ ਹੈ ਜਦੋਂ ਹਸਪਤਾਲ ਵਾਲੇ ਲੱਖਾਂ ਰੁਪਏ ਦਾ ਬਿੱਲ ਬਣਾ ਦਿੰਦੇ ਹਨ। ਪਰ ਹੁਣ ਭਾਰਤ ਵਿੱਚ ਇੱਕ ਅਜਿਹਾ ਹਸਪਤਾਲ ਖੁੱਲ੍ਹ ਗਿਆ ਹੈ ਜਿੱਥੇ ਤੁਹਾਨੂੰ ਵਧੀਆ ਇਲਾਜ ਤਾਂ ਮਿਲੇਗਾ ਹੀ, ਪਰ ਇਹ ਨਿਵੇਕਲੇ ਹਸਪਤਾਲ ਵਿੱਚ ਬਿਲਿੰਗ ਕਾਊਂਟਰ ਨਹੀਂ ਹੈ। ਜੀ ਹਾਂ, ਤੁਸੀਂ ਜਦੋਂ ਆਪਣੀ ਕਿਡਨੀ ਡਾਇਲਸਿਸ ਵਾਸਤੇ ਇਸ ਹਸਪਤਾਲ ਵਿੱਚ ਜਾਓਗੇ ਤਾਂ ਤੁਹਾਡੇ ਕੋਲੋਂ ਇਲਾਜ ਦਾ ਕੋਈ ਖਰਚਾ ਨਹੀਂ ਲਿੱਤਾ ਜਾਏਗਾ। ਇਹ ਉਪਰਾਲਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। 7 ਮਾਰਚ 2021 ਨੂੰ 100 ਬੈੱਡ ਵਾਲੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਕੀਤਾ ਜਾਏਗਾ। ਇਸ ਹਸਪਤਾਲ ਵਿੱਚ 100 ਬੈੱਡ ਹੋਣਗੇ ਅਤੇ ਆਧੁਨਿਕ ਸਹੂਲਤਾਂ ਹੋਣਗੀਆਂ। ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਪੇਸ਼ੈਂਟ ਜਦੋਂ ਆਪਣਾ ਇਲਾਜ ਕਰਵਾ ਕੇ ਘਰ ਵਾਪਸ ਜਾਏਗਾ ਤਾਂ ਉਸ ਤੋਂ ਕੋਈ ਬਿੱਲ ਨਹੀਂ ਲਿੱਤਾ ਜਾਏਗਾ। ਇਸ ਬਾਰੇ ਹੋਰ ਜਾਣਕਾਰੀ ਦਿੱਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ। ਸੁਣੋ ਤੁਸੀਂ ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ। ਕੱਲ੍ਹ ਇਤਵਾਰ ਕੋ ਸੁਬਹੇ 7 ਤਰੀਕ ਦੇਸ਼ ਕਾ ਸਭਸੇ ਬੜਾ ਡਾਇਲਿਸਿਸ ਹੋਸਪਿਟਲ, ਕਿਡਨੀ ਡਾਇਲਿਸਿਸ ਹੋਸਪਿਟਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਖੋਲ੍ਹਣੇ ਜਾ ਰਹੀ। ਇਹ ਜੋ ਆਪ ਹੋਸਪਿਟਲ ਦੇਖ ਰਹੇ ਹੈਂ, ਇਹ ਨਾ ਕੇਵਲ ਦੇਸ਼ ਕਾ ਸਭਸੇ ਬੜਾ ਕਿਡਨੀ ਡਾਇਲਿਸਿਸ ਹੋਸਪਿਟਲ ਹੈ, ਬਲਕਿ ਸਭਸੇ ਆਧੁਨਿਕ ਵੀ, ਅਲਟਰਾ ਮਾਡਰਨ ਵੀ, ਕੰਪਲੀਟਲੀ ਹਾਈਟੈਕ ਵੀ, ਔਰ ਸਾਥ ਮੇ 100% ਫਰੀ। ਜੀ ਬਿਲਕੁਲ ਆਪਨੇ ਠੀਕ ਸੁਣਾ, ਇਸ ਹੋਸਪਿਟਲ ਮੇ 100% ਪੇਸ਼ੈਂਟ ਕੋ ਫਰੀ ਡਾਇਲਿਸਿਸ ਕੀਆ ਜਾਏਗਾ। ਇਸਕਾ ਜੋ ਕੰਸੈਪਟ ਹੈ, ਇਹ ਟੋਟਲ ਇੱਕ ਨਵੇਂ ਤਰੀਕੇ ਸੇ ਦੇਸ਼ ਮੇ ਕੰਸੈਪਟ ਲਾਇਆ ਗਿਆ। ਇਸਕਾ ਜੋ ਚਾਰਜਿਸ ਹੈ ਵੋ ਪੇਸ਼ੈਂਟ ਸੇ ਨਹੀਂ ਚਾਰਜ ਕੀਏ ਜਾਏਂਗੇ, ਬਲਕਿ ਜੋ CSR ਹੈ, ਜੋ ਲੋਕ ਕੰਪਨੀ ਸੋਸ਼ਲ ਰਿਸਪੋਂਸੀਬਿਲਿਟੀ ਮੇ, ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ ਮੇ ਦੇਤੇ ਹੈ, ਜੋ ਕੰਟ੍ਰੀਬਿਊਟ ਕਰਤੇ ਹੈ ਕਮਿਊਨਿਟੀ ਸਰਵਿਸਿਸ ਕੇ ਲੀਏ, ਜਾਂ ਜੋ ਗਵਰਨਮੈਂਟ ਕੀ ਆਯੁਸ਼ਮਾਨ ਭਾਰਤ ਸੇਵਾ ਹੈ, ਉਸਕੇ ਮਾਧਿਅਮ ਸੇ ਹੀ ਪੈਸਾ ਲਿਆ ਜਾਏਗਾ। ਪੇਸ਼ੈਂਟ ਕੇ ਇਹ ਜੀਰੋ ਪੈਸੇ ਕੇ ਲਈ ਕਾਊਂਟਰ ਹੋਗਾ, ਯਹਾਂ ਪੇ ਪੈਸਾ ਲੈਣੇ ਕਾ ਕਾਊਂਟਰ ਵੀ ਨਹੀਂ ਹੋਗਾ। ਇਹ ਪਹਿਲਾ ਹੋਸਪਿਟਲ ਹੈ ਜਿਸਮੇ ਪੈਸਾ ਲੈਣੇ ਕਾ ਕੋਈ ਕਾਊਂਟਰ ਵੀ ਨਹੀਂ ਹੋਗਾ, ਕੇਵਲ ਇਲਾਜ ਕਾ ਹੀ ਕਾਊਂਟਰ ਹੋਗਾ। ਸੋ ਮੈਂ ਚਾਹਤਾ ਹੂੰ ਇਸ ਵੀਡੀਓ ਕੋ ਆਪ ਸਭ ਜਗ੍ਹਾ ਪਹੁੰਚਾਏ ਵੀ, ਔਰ ਮੈਂ ਮੀਡੀਆ ਬੰਧੂਓ ਸੇ ਵੀ ਆਗ੍ਰਹਿ ਕਰਤਾ ਹੂੰ ਕੱਲ ਜ਼ਰੂਰ ਇਸਕੋ ਆ ਕੇ ਕਵਰ ਕਰੇ।